चले, ब्रेक के बाद आप सभी का स्वागत है। लोकसभा चुनाव में राजनीतिक के के गतिविधियों को रोकने के लिए पूर्व डेरा प्रेमी और पूर्व पुलिस अधिकारी सुखविंदर सिंह ने चुनाव आयोग सर्वोच्च न्यायालय के मुख्य न्यायाधीश और पंजाब हरियाणा हाईकोर्ट के मुख्य न्यायाधीश से गुहार लगाई है आपको बता दें कि साध्वी और शोषण और पत्रकार छत्रपति हत्या मामले में सलाखों के पीछे सजा काट रहे डेरा सच्चा सौदा के प्रमुख गुरमीत राम रहीम सिंह ने अपनी मोबाइली बेटी की शादी में शामिल होने के लिए अदालत से अस्थायी तौर पर जमानत की मांग की थी जिस पर कल यानी कि एक मई को सुनवाई होगी पंजाब एवं हरियाणा हाईकोर्ट के एडवोकेट मोहिंदर सिंह जोशी ने बताया कि गुरमीत राम रहीम सिंह द्वारा अस्थायी तौर पर जमानत की मांग की गई है अदालत ने मामले में की अदालत सच्चा को, को लेकर हाईकोर्ट में सुनवाई होती रही है और अदालत इन सभी तथ्यों को ध्यान में रखते हुए कोई फैसला देगी ये पूरा मामला क्या है इस बारे में खास बातचीत के हमारे संवाददाता अन्य कुमार ने पंजाब एवं हरियाणा हाईकोर्ट के एडवोकेट मोहेंद्र सिंह जोशी से यौन शोषण और पत्रकार छत्रपति हत्या मामले में सजा काट रहे डेरा प्रमुख गुरमीत राम रही सिंह ने अदालत से अस्थाई तौर पर जमानत की मांग की है ये पूरा मामला क्या है इस समय मेरे साथ हैं पंजाब एवं हरियाणा हाई कोर्ट के एडवोकेट महेंद्र सिंह जोशी इनसे जानते हैं जी जोशी जैसा आपको पता है कि डेरा सच्चा सौदा के डेरा मुखी गुरमीत राम रही सिंह को ਅਰੇਬ ਕੇਸ ਮੇ 20 ਸਾਲ ਦੀ ਸਜ਼ਾ ਹੋਈ ਸੀ ਔਰ ਬਾਅਦ ਮੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕੇਸ ਚ ਲਾਈਫ ਇੰਪ੍ਰਿਜ਼ਨਮੈਂਟ ਉਮਰ ਕੈਦ ਹੋਈ ਸੀ ਹੁਣ ਡੇਰਾ ਹੈਡ ਨੇ ਐਪਲੀਕੇਸ਼ਨ ਲਾਈ ਹੈ ਹਾਈ ਕੋਰਟ ਦੇ ਵਿੱਚ ਦੋਨੇ ਅਪੀਲਾਂ ਦੇ ਵਿੱਚ ਕਿ ਉਹਨੂੰ ਟੈਂਪਰੇਰੀ ਤੌਰ ਤੇ ਅਸਥਾਈ ਤੌਰ ਤੇ ਕੁਝ ਸਮੇਂ ਲਈ ਛੇਲ ਦਿੱਤੀ ਜਾਵੇ ਕਿਉਂਕਿ ਉਹਨਾਂ ਦੀ ਜਿਹੜੀ ਫੌਸਟਰ ਡਾਟਰ ਹੈ ਪਾਲੀ ਹੋਈ ਧੀ ਹੈ ਗੁਰಾಂಶ ਉਹਦੀ ਸ਼ਾਦੀ ਹੈ ਉਹਦੀਆਂ ਰਸਮਾਂ ਉਹਨਾਂ ਨੇ ਨਿਭਾਉਣੀਆਂ ਨੇ ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਟੈਂਪਰੇਰੀ ਰੀਲੀਜ਼ ਕੀਤਾ ਜਾਵੇ ਇਹ ਦੋਨੇ ਐਪਲੀਕੇਸ਼ਨਾਂ ਦੇ ਵਿੱਚ ਕੋਰਟ ਅੱਗੇ ਸੁਣਵਾਈ ਹੋਈ ਹਾਈ ਕੋਰਟ ਦੇ ਅੱਗੇ ਤੇ ਹਾਈ ਕੋਰਟ ਨੇ ਵਿਦਾਊਟ ਇਸ਼ਿਉਂਗ ਐਨੀ ਫਾਰਮਲ ਨੋਟਿਸ ਆਫ ਮੋਸ਼ਨ ਇਨ ਦਿਸ ਕੇਸ ਅ ਇਹਦੇ ਵਿੱਚ ਸੀਬੀਆਈ ਕਾਉਂਸਲ ਨੂੰ ਡਾਇਰੈਕਸ਼ਨ ਦਿੱਤੀ ਹੈ ਵੀ ਉਹ ਜਿਹੜੇ ਐਪਲੀਕੇਸ਼ਨ ਦੇ ਤੱਥ ਨੇ ਉਹਨਾਂ ਨੂੰ ਵੈਰੀਫਾਈ ਕਰਨ ਇਸ ਤੋਂ ਇਲਾਵਾ ਹਾਈ ਕੋਰਟ ਨੇ ਐਪਲੀਕੈਂਟ ਦੇ ਵਕੀਲ ਨੂੰ ਵੀ ਡਾਇਰੈਕਸ਼ਨ ਦਿੱਤੀ ਹੈ ਕਿ ਵੀ ਉਹ ਜਿਹੜੇ ਐਪਲੀਕੈਂਟ ਤੋਂ ਇਲਾਵਾ ਜੋ ਮੈਂਸ਼ਨ ਕੀਤਾ ਹੈ ਵੀ ਪਾਲੀ ਹੋਈ ਧੀ ਹੈ ਉਸ ਤੋਂ ਇਲਾਵਾ ਵੀ ਕਿੰਨੀਆਂ ਹੋਰ ਐਦਾਂ ਦੀਆਂ ਪਾਲੀਆਂ ਹੋਈਆਂ ਫੌਸਟਰ ਡਾਟਰਜ਼ ਡੇਰਾ ਮੁਖੀ ਦੀਆਂ ਹਨਗੀਆਂ ਇਹਦੇ ਬਾਰੇ ਵੀ ਉਹਨਾਂ ਤੋਂ ਇਨਫੋਰਮੇਸ਼ਨ ਮੰਗੀ ਹੈ ਇਸ ਤੋਂ ਇਲਾਵਾ ਸਟੇਟ ਆਫ ਹਰਿਆਣਾ ਤੋਂ ਵੀ ਜਿਹੜੀ ਹੈਗੀ ਰਿਪੋਰਟ ਮੰਗੀ ਹੈ ਲੈਂਡ ਆਂਡਰਡਰ ਦੀ ਕੀ ਸਿਚੁਏਸ਼ਨ ਰਹੇਗੀ ਕਿਦਾਂ ਦਾ ਮਾਹੌਲ ਰਹੇਗਾ ਕੀ ਕੁਝ ਹੋਇਆ ਜੁਸੀ ਜਿਸ ਤਰ੍ਹਾਂ ਇਹ ਡੇਰਾ ਪ੍ਰਮੁਖ ਗੁਰਮੀਤ ਰਾਮ ਨਿੰਦ ਸਿੰਘ ਨੇ ਅਸਥਾਈ ਤੌਰ ਪਰ ਜ਼ਮਾਨਤ ਦੀ ਮੰਗ ਕੀਤੀ ਹੈ ਅਗਰ ਜ਼ਮਾਨਤ ਮਿਲ جاتی ਹੈ ਤਾਂ ਕੀ ਸਥਿਤੀ ਰਹੇਗੀ ਦੇਖੋ ਗੱਲ ਇਹ ਹੈ ਵੀ ਪਹਿਲਾਂ ਦੇ ਜੋ ਹਿਸਟਰੀ ਦੇਖੀਏ ਇਸ ਕੇਸ ਦੀ ਜਦੋਂ ਬਰਡਿਕਟ ਆਣੀ ਸੀ ਰੇਪ ਕੇਸ ਦੇ ਵਿੱਚ ਉਦੋਂ ਇੱਕ ਤਰ੍ਹਾਂ ਦਾ ਅਟੈਂਪਟ ਟੂ ਐਸਕੇਪ ਫ্রম ਕਸਟਡੀ ਹੋਈ ਤੇ ਦੰਗਾ ਫਸਾਦ ਹੋਇਆ ਡੇਰਾ ਫੋਲੋਅਰ ਇਕੱਠੇ ਹੋ ਗਏ ਜੀ ਹੁਣ ਵੀ ਜਿਹੜਾ ਹੈਗਾ ਕਿਉਂਕਿ ਲੋਕ ਸਭਾ ਦੇ ਇਲੈਕਸ਼ਨਾਂ ਨੇ ਸਿਆਸੀ ਵਿੰਗ ਐਕਟੀਵੇਟ ਹੋਇਆ ਸੰਗਤ ਨੂੰ ਵੀ ਐਕਟੀਵੇਟ ਕੀਤਾ ਹੋਇਆ ਤੇ ਇਹ ਸਾਰੀਆਂ ਗੱਲਾਂ ਨੂੰ ਕੋਰਟ ਨੇ ਕਨਸਿਡਰ ਕਰਨਾ ਹੈ ਸਟੇਟ ਨੇ ਆਪਣੀ ਰਿਪੋਰਟ ਚ ਵੀ ਕਨਸਿਡਰ ਕਰਨਾ ਹੈ ਆਪਣੇ ਮਾਨਯੋਗ ਸੀਐਮ ਹਰਿਆਣਾ ਸ੍ਰੀ ਮਨੋਰ ਲਾਲ ਜੀ ਖੱਤਰ ਨੇ ਵੀ ਇੱਕ ਇੰਟਰਵਿਊ ਚ ਕਿਹਾ ਸੀਗਾ ਵੀ ਅਗਰ ਅਸੀਂ ਉੱਥੋਂ ਉਹਨੂੰ ਡੇਰਾ ਮੁਖੀ ਨੂੰ ਨਾ ਲੈ ਕੇ ਆਉਂਦੇ ਤਾਂ ਉਹ ਅਗਰ ਉੱਥੇ ਅੜ ਜਾਂਦਾ ਤਾਂ ਬੜੀ ਮੁਸ਼ਕਲ ਹੋ ਜਾਣੀ ਸੀ ਲੱਖਾਂ ਬੰਦੇ ਦੇ ਮਰ ਜਾਣ ਦੀ ਸੰਭਾਵਨਾ ਸੀ ਇਸ ਚੀਜ਼ ਨੂੰ ਵੀ ਜਿਹੜਾ ਹੈਗਾ ਸਟੇਟ ਪ੍ਰਸ਼ਾਸਨ ਨੇ ਜਿਹੜਾ ਹੈਗਾ ਕਨਸਿਡਰ ਕਰਕੇ ਹਾਈ ਕੋਰਟ ਨੂੰ ਰਿਪੋਰਟ ਦੇਣੀ ਆ ਇਹ ਸਾਰੀ ਚੀਜ਼ ਨੂੰ ਵਿਚਾਰਿਆ ਜਾਊਗਾ ਜਿਹੜੀਆਂ ਸਾਧਵੀਆਂ ਡਿਸਿਪਲ ਸੀਗੀਆਂ ਜਿਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਬਾਬਾ ਨੂੰ ਰੇਪ ਕੇਸ ਦੇ ਵਿੱਚ ਸਜ਼ਾ ਹੋਈ ਹੈ 10-10 ਸਾਲ ਦੀ کورٹ ਨੇ ਅਬਜ਼ਰਵ ਕੀਤਾ ਵੀ ਉਹ ਪਵਿੱਤਰ ਪਉਸ ਜੀਵਨ ਜਿਉਣ ਵਾਲੀਆਂ ਲੜਕੀਆਂ ਜਿਹੜੀਆਂ ਡਿਸਿਪਲ ਸੀਗੀਆਂ ਡਿਸਿਪਲ ਤੇ ਗੁਰੂ ਦਾ ਜਿਹੜਾ ਰਿਸ਼ਤਾ ਉਹ ਵੀ ਡਾਟਰਜ਼ ਲਾਈਕ ਹੁੰਦਾ ਤੇ کورٹ ਨੇ ਉੱਥੇ ਅਬਜ਼ਰਵ ਕੀਤਾ ਵੀ ਡੇਰਾ ਮੁਖੀ ਹੈਜ਼ ਬਿਹੇਵਡ ਲਾਈਕ ਅ ਬਿਲਡ ਬੀਸਟ ਤੋ ਉਹਦੇ ਵਿੱਚ ਕੋਈ ਹਿਮਨਟੀ ਵਾਲੀ ਗੱਲ ਨਜ਼ਰ ਨਹੀਂ ਆਉਂਦੀ ਤੇ ਹੀ ਡਸ ਨੋ ਡਿਜ਼ਰਵ ਐਨੀ ਲੀਨਿਐਂਸੀ ਆਫ ਦੀ ਕੋਰਟ ਤਾਂ ਇਹ ਜਿਹੜੀ ਟ੍ਰਾਇਲ ਕੋਰਟ ਦੇ ਅਬਜ਼ਰਵੇਸ਼ਨਾਂ ਨੇ ਮਾਨਯੋਗ ਹਾਈ ਕੋਰਟ ਨੇ ਇਹ ਵੀ ਕਨਸਿਡਰ ਕਰਨਾ ਜੋ ਹਾਲਾਤ ਉਸ ਤੋਂ ਬਾਅਦ ਹੋਏ ਸੀ ਇਹ ਵੀ ਕਨਸਿਡਰ ਕਰਨਾ ਜੋ ਸੀਐਮ ਮਨੋਹਰ ਲਾਲ ਖੱਟਰਜੀ ਦਾ ਬਿਆਨ ਹੈ ਉਹ ਉਹਨੂੰ ਵੀ ਮੱਦੇ ਨਜ਼ਰ ਰੱਖਣਾ ਵੀ ਅਗਰ ਰੀਲੀਜ਼ ਹੋ ਜਾਂਦਾ ਹੈ ਤੇ ਇੱਕ ਚੀਜ਼ ਹੋਰ ਵੀ ਹੈ ਬਈ ਜਿਹੜਾ ਡੇਰਾ ਮੁਖੀ ਹੈ ਉਹਨੂੰ ਕਨਵਿਕਸ਼ਨ ਤੋਂ ਪਹਿਲਾਂ ਜੈਡ ਪਲੱਸ ਸਿਕਿਉਰਟੀ ਮਿਲੀ ਹੋਈ ਸੀ ਤੇ ਅਗਰ ਉਹਨੂੰ ਟੈਂਪਰੀਰੀ ਰੀਲੀਜ਼ ਕੀਤਾ ਜਾਂਦਾ ਹੈ ਕਿ ਇੱਕ ਕਨਵਿਕਟ ਨੂੰ ਫੇਰ ਉਹੀ ਸਿਕਿਉਰਿਟੀ ਦਿੱਤੀ ਜਾ ਸਕਦੀ ਹੈ ਇਸ ਚੀਜ਼ ਦਾ ਵੀ ਧਿਆਨ ਰੱਖਿਆ ਜਾਏਗਾ ਤਾਂ ਇਹ ਸਾਰੀਆਂ ਗੱਲਾਂ ਨੇ ਇਸ ਤੋਂ ਇਲਾਵਾ ਜੋ ਆਪਣਾ ਵੋਲੈਂਸ ਤੋਂ ਬਾਅਦ ਜੋ ਹਾਈ ਕੋਰਟ ਦੇ ਵਿੱਚ ਹਿਅਰਿੰਗ ਹੁੰਦੀ ਰਹੀ ਹੈ ਉਹਦੇ ਵਿੱਚ ਹਰਿਆਣਾ ਸਟੇਟ ਵੱਲੋਂ ਜਿਹੜਾ ਹੈਗਾ ਐਫੀਆਰ ਡਾਟ ਫਾਈਲ ਹੋਇਆ ਨੇ ਵੀ ਕੁਰਬਾਨੀ ਗੈਂਗ ਫਾਰਮ ਹੋਇਆ ਸੀਗਾ ਹੋਰ ਬਹੁਤ ਸਾਰੀਆਂ ਜਿਹੜੀਆਂ ਇਰੈਗੂਲਰिटीज ਤੇ ਕ੍ਰਿਮੀਨਲ ਐਕਟੀਵਿਟੀ ਪਾਈਆਂ ਗਈਆਂ ਸੀਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਹੈਗਾ ਹਾਈ ਕੋਰਟ ਨੇ ਅੱਗੇ ਬਹੁਤ ਹੀ ਸੈਂਸਿਟਿਵਲੀ ਫੈਸਲਾ ਲੈਣਾ ਇਸ ਮਾਮਲੇ ਦਾ ਜੋਸੀ ਜੀ ਇੱਕ ਸੁਖਵਿੰਦਰ ਸਿੰਘ ਹੈ ਪੂਰਾ ਪੁਲਿਸ ਅਧਿਕਾਰੀ ਉਸਨੇ ਵੀ ਇੱਕ ए, हाई कोर्ट के चीफ जस्टिस और सुप्रीम कोर्ट के चीफ जस्टिस को शिकायत की है इसके अलावा चुनाव आयोग को भी शिकायत की है वो पूरी शिकायत क्या है उस शिकायत में तो जो डेरा का पॉलिटिकल विंग है जो अब बहुत सरगर्मी जिसने पकड़ ली है संगत को नामचर्चा के नाम पे एकजुटता के नाम पे जो वो जो है उनकी वोट का जो ਅਧਿਕਾਰ ਕੋ ਡਾਇਵਰਟ ਕਰਨੇ ਦੀ ਕੋਸ਼ਿਸ਼ ਹੋ ਰਹੀ ਹੈ ਹੁ ਉਸਕੇ ਬਾਰੇ ਮੈਂ ਕੰਪਲੇਂਟ ਹੈ ਕਿ ਵੀ ਦੇ ਆਰ ਇਨਫਲੂਐਂਸਿੰਗ ਫਰੀ ਐਕਸਰਸਾਈਜ਼ ਜਿਹੜਾ ਰਾਈਟ ਆਫ ਫਰੀ ਐਕਸਰਸਾਈਜ਼ ਆਫ ਬੋਟ ਹੈ ਉਸਕੋ ਇਨਫਲੂਐਂਸ ਕਰ ਰਹੇ ਹਨ ਅਸਲ ਚ ਸੁਖਵਿੰਦਰ ਸਿੰਘ ਦਾ ਕਹਿਣਾ ਹੀ ਇਜ਼ ਅ ਡੇਰਾ ਫੋਲੋਅਰ ਉਹ ਡੇਰਾ ਸੱਚੇ ਸੋਦੀ ਦਾ ਨਹੀਂ ਰਹਿ ਤੇ ਉਹਦਾ ਕਹਿਣਾ ਵੀ ਜਦੋਂ ਡੇਰਾ ਹੈਡ ਨੂੰ ਕਨਵਿਕਸ਼ਨ ਹੋਈ ਉਦੋਂ ਕਰੀਬ 38 ਜਿਹੜਾ ਡੇਰਾ ਫੋਲੋਅਰ ਇੱਥੇ ਮਰੇਗੇ ਉਦੋਂ ਸਿਆਸੀ ਵਿੰਗ ਨੇ ਸੰਗਤ ਦੀ ਸੰਭਾਲ ਲਈ ਉਹਨਾਂ ਪਰਿਵਾਰਾਂ ਨਾਲ ਜਾ ਕੇ ਕੋਈ ਹਮਦਰਦੀ ਕਰ ਲਈ ਉਹਨਾਂ ਨੂੰ ਕੋਈ ਫਾਈਨੈਂਸ਼ੀਅਲ ਅਸਿਸਟੈਂਸ ਦੇ ਲਈ ਕੋਈ ਸਰਗਰਮੀ ਨਹੀਂ ਦਿਖਾਈ ਸਿਰਫ ਵੋਟਾਂ ਮੇਲੇ ਜਿਹੜਾ ਹੈਗਾ ਉਹ ਉਹ ਉੱਠ ਕੇ ਖੜੇ ਹੋਗੇ ਤੇ ਸੰਗਤ ਦਾ ਜਿਹੜਾ ਐਕਸਪਲੋਇਟੇਸ਼ਨ ਕਰ ਰਹੇ ਨੇ ਉਹਦੇ ਬਾਰੇ ਵੀ ਇਹ ਇਲੈਕਸ਼ਨ ਕਮਿਸ਼ਨ ਨੂੰ ਤੇ ਮਾਨਜੋ ਹਾਈ ਕੋਰਟ ਨੂੰ ਉਨਾਂ ਨੇ ਸ਼ਿਕਾਇਤ ਕਰਕੇ ਲਿਖਿਆ ਕਿ ਵੀ ਇਦਾਂ ਦਾ ਜਿਹੜਾ ਸ਼ੋਸ਼ਣ ਹੋ ਰਿਹਾ ਹੈ ਫ੍ਰੀ ਐਕਸਰਸਾਈਜ਼ ਆਫ ਵੋਟ ਨੂੰ ਜਿਹੜਾ ਉਹਦੇ ਵਿੱਚ ਹਰਡਲ ਕ੍ਰੀਏਟ ਕਰੀ ਜਾ ਰਹੀ ਹੈ ਲੋਕਾਂ ਦੀ ਫ੍ਰੀ ਵਿਲ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਉਹਨੂੰ ਰੋਕਿਆ ਜਾਵੇ ਤੇ ਜਿਹੜਾ ਸਿਆਸੀ ਪੰਗ ਦੀਆਂ ਗਤੀਵਿਧੀਆਂ ਰੋਕਿਆ ਹੁਣ ਇਸ ਨਜ਼ਰ ਤੋਂ ਵੀ ਜਿਹੜਾ सਸਪੈਂਸ਼ਨ ਆਫ ਸੈਂਟੈਂਸ ਡੇਰਾ ਮੁਖੀ ਦੀ ਪਾਈ ਗਈ ਹੈ ਲੋਕ ਸਭਾ ਦੇ ਇਲੈਕਸ਼ਨਾਂ ਹੋਣ ਕਰਕੇ ਵੀ ਇਹਨੂੰ ਇਸ ਨਜ਼ਰ ਤੋਂ ਵੀ ਦੇਖਿਆ ਜਾਣਾ ਜੋਸ਼ਜੀ जिस तरह डेरापुन मुगुलमीत नाम नेम सिंघ जेल में सजा काट रहे हैं क्या आपको लगता है अभी पॉलिटिकल पार्टी जो है डेरा के संपर्क में है ਦੇਖੋ ਗੱਲ ਇਹ ਹੈ ਵੀ ਪੋਲਿਟিক্যাল ਪਾਰਟੀਆਂ ਤਾਂ 노 ਡਾਊਟ ਸਾਰੀਆਂ ਹੀ ਲਾਲਸਾ ਰੱਖਦੀਆਂ ਨੇ ਵੀ ਜਿੱਥੇ ਬੋਟ ਵੈਂਕ ਨਜ਼ਰ ਆਉਂਦਾ ਆ ਵੀ ਉਹ ਸਾਨੂੰ ਸਮਰਥਨ ਮਿਲ ਜੇ ਸਾਨੂੰ ਮਿਲ ਜੇ ਤੇ ਇਹ ਤੇ ਬਹੁਤ ਸਮੇਂ ਤੋਂ ਪਿੱਛੇ ਤੋਂ ਹੁੰਦਾ ਆ ਰਿਹਾ ਤੇ ਇਹਨੂੰ ਕਿਸੇ ਨੇ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਇਸੇ ਕਰਕੇ ਉਹ ਕੰਪਲੇਂਟ ਫਾਈਲ ਹੋਈ ਆ ਸੁਖਵਿੰਦਰ ਸਿੰਘ ਵੱਲੋਂ ਇਹ تھے ਮੇਰੇ ਸਾਥ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕੇ ਐਡਵੋਕੇਟ ਮਹਿੰਦਰ ਸਿੰਘ ਜੋਸੀ ਇਨਕਾ ਕਹਿਣਾ ਹੈ डेरा प्रमुख गुरमीत रहा सिंह ने हाई कोर्ट से अस्थायी तौर पर जमानत मांगी है जिस पर सुनवाई एक मई को होगी कैमरामैन संजय के साथ अनिल कुमार टोटल न्यूज चंडीगढ़